ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਹਾਣੀ ਜਿਸ ਦਾ ਨਾਮ ਹੈ ਕਦਮ। ਇੱਕ ਪਿੰਡ ਦੇ ਕੋਲ ਇੱਕ ਬਹੁਤ ਸੁੰਦਰ ਪਹਾੜ ਸੀ। ਉਸ ਪਹਾੜ ਦੇ ਕੋਲ ਇੱਕ ਬਹੁਤ ਸੁੰਦਰ ਮੰਦਿਰ ਸੀ। ਉਹ 10 ਮੀਲ ਦੀ ਦੂਰੀ ਤੇ ਹੀ ਸੀ ਅਤੇ ਪਿੰਡ ਤੋਂ ਉਹ ਮੰਦਿਰ ਦਿਖਾਈ ਦਿੰਦਾ ਸੀ। ਦੂਰ ਦੂਰ ਦੇ ਲੋਕ ਉਸ ਮੰਦਿਰ ਦੇ ਦਰਸ਼ਨ ਕਰਨ ਆਉਂਦੇ ਅਤੇ ਉਸ ਪਹਾੜ ਨੂੰ ਦੇਖਣ ਜਾਂਦੇ। ਉਸ ਪਿੰਡ ਵਿੱਚ ਇੱਕ ਨੌਜਵਾਨ ਸੀ। ਉਹ ਵੀ ਸੋਚਦਾ ਸੀ ਕਿ ਕਦੀ ਮੈਂ ਵੀ ਦੇਖ ਕੇ ਆਵਾਂਗਾ। ਲੇਕਿਨ ਇੱਕ ਦਿਨ ਉਸਨੇ ਤੈਅ ਕੀਤਾ ਕਿ ਮੈਂ ਕਦੋਂ ਤੱਕ ਰੁਕਿਆ ਰਹਾਂਗਾ। ਅੱਜ ਰਾਤ ਮੈਂ ਉੱਠ ਕੇ ਚਲਾ ਜਾਣਾ ਹੈ। ਸਵੇਰੇ ਧੁੱਪ ਵੱਧ ਜਾਂਦੀ ਸੀ, ਇਸ ਲਈ ਉਹ 2 ਵਜੇ ਰਾਤ ਨੂੰ ਉੱਠਿਆ। ਉਸਨੇ ਲਾਲਟੈਨ ਜਗਾਈ ਅਤੇ ਪਿੰਡੋਂ ਬਾਹਰ ਆ ਗਿਆ। ਬਹੁਤ ਹਨੇਰੀ ਰਾਤ ਸੀ, ਉਹ ਡਰ ਗਿਆ। ਉਸਨੇ ਸੋਚਿਆ ਛੋਟੀ ਜਿਹੀ ਲਾਲਟੈਨ ਹੈ, 2-3 ਕਦਮ ਤੱਕ ਰੋਸ਼ਨੀ ਜਾਂਦੀ ਹੈ ਅਤੇ 10 ਮੀਲ ਦਾ ਫਾਸਲਾ ਹੈ। 10 ਮੀਲ ਦਾ ਹਨੇਰਾ ਇੰਨੀ ਛੋਟੀ ਜਿਹੀ ਲਾਲਟਨ ਨਾਲ ਕਿਵੇਂ ਕੱਟੇਗਾ? ਹਨੇਰਾ ਇੰਨਾ ਵਿਸ਼ਾਲ ਹੈ ਤੇ ਇੰਨੀ ਛੋਟੀ ਜਿਹੀ ਲਾਲਟਨ ਹੈ ਮੇਰੇ ਕੋਲ, ਇਸਦੇ ਨਾਲ ਕੀ ਹੋਵੇਗਾ? ਇਹਦੇ ਨਾਲ 10 ਮੀਲ ਪਾਰ ਨਹੀਂ ਕੀਤੇ ਜਾ ਸਕਦੇ। ਸੂਰਜ ਦਾ ਰਸਤਾ ਦੇਖਣਾ ਚਾਹੀਦਾ ਹੈ, ਫਿਰ ਠੀਕ ਰਹੇਗਾ। ਉਹ ਉੱਥੇ ਹੀ ਪਿੰਡ ਦੇ ਬਾਹਰ ਬੈਠ ਗਿਆ। ਆਖਰ ਠੀਕ ਵੀ ਸੀ, ਉਸਦੇ ਹਿਸਾਬ ਬਿਲਕੁਲ ਸਹੀ ਸੀ ਅਤੇ ਆਮ ਤੌਰ 'ਤੇ ਅਜਿਹਾ ਹੀ ਹਿਸਾਬ ਬਹੁਤੇ ਲੋਕਾਂ ਦਾ ਹੁੰਦਾ ਹੈ। 3 ਫੁੱਟ ਤੱਕ ਤਾਂ ਰੋਸ਼ਨੀ ਪਹੁੰਚਦੀ ਹੈ ਅਤੇ 10 ਮੀਲ ਲੰਬਾ ਰਸਤਾ ਹੈ। ਤਕਸੀਮ ਕਰੀਏ, 10 ਮੀਲ ਵਿੱਚ 3 ਫੁੱਟ ਨੂੰ ਤਾਂ ਕਿ ਇਸ ਲਾਲਟੈਨ ਨਾਲ ਕੰਮ ਚੱਲਣ ਵਾਲਾ ਹੈ। ਲੱਖਾਂ ਲਾਲਟੈਨਾਂ ਚਾਹੀਦੀਆਂ ਹਨ, ਫਿਰ ਕਿਤੇ ਕੁਝ ਹੋ ਸਕਦਾ ਹੈ। ਸੋ ਉਹ ਨੌਜਵਾਨ ਉੱਥੇ ਡਰਿਆ ਹੋਇਆ ਬੈਠਾ ਸੀ। ਸਵੇਰ ਦੀ ਉਡੀਕ ਕਰਦਾ ਸੀ। ਉਸ ਵੇਲੇ ਇੱਕ ਬੁੱਢਾ ਆਦਮੀ ਇੱਕ ਛੋਟੇ ਜਿਹੇ ਦੀਵੇ ਨੂੰ ਹੱਥ ਵਿੱਚ ਲੈ ਕੇ ਤੁਰਿਆ ਜਾ ਰਿਹਾ ਸੀ। ਉਸਨੇ ਉਸ ਬੁੱਢੇ ਨੂੰ ਪੁੱਛਿਆ, ਪਾਗਲ ਹੋ ਗਏ, ਕੁਝ ਹਿਸਾਬ ਦਾ ਪਤਾ ਹੈ? 10 ਮੀਲ ਦਾ ਲੰਬਾ ਰਸਤਾ ਹੈ, ਤੇਰੇ ਦੀਵੇ ਤੋਂ ਤਾਂ 1 ਕਦਮ ਵੀ ਰੋਸ਼ਨੀ ਨਹੀਂ ਪੈਂਦੀ। ਉਸ ਬੁੱਢੇ ਨੇ ਕਿਹਾ, ਪਾਗਲ, 1 ਕਦਮ ਤੋਂ ਵੱਧ ਕਦੇ ਕੋਈ ਚੱਲ ਸਕਿਆ? 1 ਕਦਮ ਤੋਂ ਵੱਧ ਮੈਂ ਚੱਲ ਵੀ ਨਹੀਂ ਸਕਦਾ। ਰੋਸ਼ਨੀ ਚਾਹੇ 1000 ਮੀਲ ਵੀ ਪੈਂਦੀ ਰਹੇ ਅਤੇ ਜਦੋਂ ਤੱਕ ਮੈਂ 1 ਕਦਮ ਚੱਲਦਾ ਹਾਂ ਉਦੋਂ ਤੱਕ ਰੋਸ਼ਨੀ 1 ਕਦਮ ਅੱਗੇ ਵੱਧ ਜਾਂਦੀ ਹੈ। 10 ਮੀਲ ਕੀ ਹੈ, ਮੈਂ 10,000 ਮੀਲ ਪਾਰ ਕਰ ਲਵਾਂਗਾ। ਉਹ ਥਾ, ਤੂੰ ਕਿਉਂ ਬੈਠਾ ਹੈ? ਤੇਰੇ ਕੋਲ ਤਾਂ ਚੰਗੀ ਲਾਲਟੈਨ ਹੈ, 1 ਕਦਮ ਤੋਂ ਅੱਗੇ ਚੱਲੇਗਾ ਰੋਸ਼ਨੀ 19 ਅੱਗੇ ਵੱਧ ਜਾਏਗੀ। ਤਾਂ ਉਹ ਨੌਜਵਾਨ ਉਸ ਬੁੱਢੇ ਦੇ ਨਾਲ ਖੜਾ ਹੋਇਆ, ਉਸਦੀ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ। ਦੋਵੇਂ ਹੀ ਰਾਤ ਨੂੰ ਤੁਰੇ ਅਤੇ
ਸਵੇਰ ਹੁੰਦੇ ਹੁੰਦੇ ਉੱਥੇ ਪਹੁੰਚ ਕੇ ਅਤੇ ਦਰਸ਼ਨ ਕੀਤੇ। ਸੋ ਦੋਸਤੋ, ਇਹ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਜੇ ਮੰਜ਼ਿਲ 'ਤੇ ਪਹੁੰਚਣਾ ਹੈ ਤਾਂ ਤੁਰਨਾ ਪਏਗਾ, ਇੱਕ ਇੱਕ ਕਦਮ ਕਰਕੇ ਹੀ ਮੰਜ਼ਿਲ ਤੈਅ ਹੋਵੇਗੀ। ਜੇ ਦੂਰੋਂ ਖਲੋ ਕੇ ਕਹੀ ਜਾਈਏ ਕਿ ਮੰਜ਼ਿਲ ਬਹੁਤ ਦੂਰ ਹੈ, ਪਹੁੰਚਣਾ ਔਖਾ ਲੱਗਦਾ ਹੈ ਜਾਂ ਪਹੁੰਚਣ ਲਈ ਬਹੁਤ ਵਕਤ ਲੱਗੇਗਾ, ਜਦੋਂ ਤੱਕ ਐਵੇਂ ਸੋਚਦੇ ਰਹਾਂਗੇ ਤਾਂ ਕਿਤੇ ਨਹੀਂ ਪਹੁੰਚ ਪਾਵਾਂਗੇ। ਪਹੁੰਚਣ ਲਈ ਪੈਰ ਪੁੱਟਣਾ ਪਏਗਾ, ਚੱਲਦੇ ਰਹਾਂਗੇ ਤਾਂ ਮੰਜ਼ਿਲ ਤੱਕ ਜ਼ਰੂਰ ਪਹੁੰਚਾਂਗੇ। ਆਓ ਸਾਰੇ ਕੋਸ਼ਿਸ਼ ਕਰੀਏ, ਤੁਰੀਏ ਆਪਣੀ ਮੰਜ਼ਿਲ ਦੇ ਵੱਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।